ਆ ਬਈ ਕਿੱਥੋਂ ਆਏ ਹੋ ਜੀ? ਵਾਹਿਗੁਰੂ ਸ੍ਰੀ ਸਾਹਿਬ ਦਿਓ। ਹਾਂਜੀ ਵੀਰੇ ਪੁੱਛੋ ਜੀ, ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਰਜਿੰਦਰ ਸਿੰਘ ਸ਼ਸਤਰਧਾਰੀ ਕਵੀ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਜੀ। ਸ਼ਸਤਰਾਂ ਬਾਰੇ ਦੱਸੋਗੇ ਜੀ? ਇਹ ਆਪ ਜੀ ਕੁਝ ਕੁ ਰਵਾਇਤੀ ਸ਼ਸਤਰਾਂ ਦੇ ਦਰਸ਼ਨ ਕਰ ਰਹੇ ਹੋ ਜਿਹੜੇ ਕਿ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੇ ਨੇ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਆਉਂਦੇ ਹਨ, ਅਕਾਲ ਪੁਰਖ ਕੀ ਰਛਿਆ ਹਮਨੇ, ਸਰਬ ਕਾਲ ਜੀ ਦੀ ਰਛਿਆ ਹਮਨੇ। ਇਹ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਰਬ ਲੋਹ ਦੇ ਜੀ ਵਿੱਚ ਛਕਦਾ, ਸਰਬ ਲੋਹ ਦੇ ਵਿੱਚ ਬਣਾਉਂਦਾ ਏ, ਅਤੇ ਗੁਰੂ ਸਾਹਿਬ ਉਹਦੇ 'ਤੇ ਮਿਹਰਾਂ ਕਰਦੇ ਨੇ, ਮਹਾਰਾਜ ਰੱਖਿਆ ਕਰਦੇ ਨੇ ਉਹਦੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਆਪ ਜੀ ਕੁਝ ਕੁ ਰਵਾਇਤੀ ਸ਼ਸਤਰਾਂ ਦੇ ਦਰਸ਼ਨ ਕਰ ਰਹੇ ਸਨ, ਜਿਸ ਦੇ ਵਿੱਚ ਸੰਗਤ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਮੈਂ ਦਰਸ਼ਨ ਦੀਦਾਰੇ ਕਰਵਾਉਂਦਾ। ਇਹ ਸੰਜੋ, ਇਹਨੂੰ ਸੰਜੋ ਕਿਹਾ ਜਾਂਦਾ ਜੀ। ਆਪ ਜੀ ਦਰਸ਼ਨ ਦੀਦਾਰੇ ਕਰੋ। ਗਰਦਨ ਦੀ ਰਾਖੀ ਦੇ ਲਈ ਜੰਗ ਦੇ ਸਮੇਂ ਪਹਿਨਿਆ ਜਾਣ ਵਾਲਾ ਲੋਹੇ ਦਾ ਪੁਸ਼ਾਕ, ਜਦੋਂ ਕਿ ਦੁਸ਼ਮਣ ਸਾਡੇ ਸਿਰ 'ਤੇ ਪਰਵਾਰ ਕਰਦਾ, ਜਿਹੜੀ ਇਹ ਸੰਜੋ ਹੈ ਇਹ ਸਾਨੂੰ ਦੁਸ਼ਮਣ ਦੇ ਵਾਰ ਤੋਂ ਬਚਾਉਂਦੀ ਹੈ ਜੀ। ਇਹ ਰਵਾਇਤੀ ਸਾਡੇ ਸ਼ਸਤਰ ਨੇ ਜਿਹੜੇ ਕਿ ਜੰਗ ਦੇ ਮੈਦਾਨ ਦੇ ਅੰਦਰ ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ, ਬੇਅੰਤ ਜਿਹੜੀਆਂ ਗੁਰੂ ਕੇ ਨਿਹੰਗ ਸਿੰਘ ਹੋਏ ਸਨ ਪੁਰਾਤਨ ਗੁਰੂ ਸਾਹਿਬ ਜੀ ਦੇ ਸਮੇਂ, ਉਹ ਇਹ ਰਵਾਇਤੀ ਜਿਹੜੇ ਸ਼ਸਤਰ ਪਹਿਨ ਕੇ ਜੰਗ ਲੜਿਆ ਕਰਦੇ ਸਨ। ਸਭ ਤੋਂ ਪਹਿਲਾਂ ਆਪ ਜੀ ਦਰਸ਼ਨ ਦੀਦਾਰੇ ਕਰੇ ਹਨ ਸੰਜੋਹ ਦੀ। ਉਸ ਤੋਂ ਬਾਅਦ ਆ ਜੋ ਸੰਗਤ ਜੀ, ਢਾਲ ਸ਼ਸਤਰ, ਢਾਲ ਅਤੇ ਕਿਰਪਾਨ ਜਿਹੜਾ ਕਿ ਮੈਂ ਆਪ ਜੀ ਨੂੰ ਦਰਸ਼ਨ ਦੀਦਾਰੇ ਕਰਾਵਾਂ। ਢਾਲ ਅਤੇ ਕਿਰਪਾਨ ਜੰਗ ਦੇ ਵਿੱਚ ਆਹਮੋ ਸਾਹਮਣੇ ਲੜਾਈ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਸਤਰ ਆ ਜੀ ਢਾਲ ਅਤੇ ਕਿਰਪਾਨ। ਜਦੋਂ ਦੁਸ਼ਮਣ ਨੇੜੇ ਆ ਜਾਵੇ ਉਹਦਾ ਉਦੋਂ ਇਹਦਾ ਵਾਰ ਕਰਿਆ ਜਾਂਦਾ ਸ਼ਸਤਰ ਦਾ, ਅਤੇ ਜਦੋਂ ਦੁਸ਼ਮਣ ਸਾਡੇ ਉੱਤੇ ਵਾਰ ਕਰੇ ਢਾਲ ਦੇ ਨਾਲ ਰੋਕਿਆ ਜਾਂਦਾ। ਇਹ ਦੋਵਾਂ ਦਾ ਸੁਮੇਲ ਆ ਜੀ, ਕਿਰਪਾਨ ਅਤੇ ਢਾਲ। ਇਹਨਾਂ ਤੋਂ ਬਗੈਰ ਅਸੀਂ ਵਾਰ ਰੋਕ ਨਹੀਂ ਸਕਦੇ, ਇਹਨਾਂ ਤੋਂ ਬਗੈਰ ਅਸੀਂ ਵਾਰ ਕਰ ਨਹੀਂ ਸਕਦੇ। ਇਹ ਦੋਵਾਂ ਦਾ ਸੁਮੇਲ ਆ ਜੀ, ਕਿਰਪਾਨ ਅਤੇ ਢਾਲ। ਜਿਸ ਤਰ੍ਹਾਂ ਤੀਰ ਅਤੇ ਕਮਾਨ, ਜੇ ਇਕੱਲਾ ਕਮਾਨ ਹੋਏਗਾ ਉਹ ਨਹੀਂ ਚੱਲੇਗਾ, ਜੇ ਇਕੱਲਾ ਤੀਰ ਆ ਉਹ ਵੀ ਨਹੀਂ ਚੱਲੇਗਾ। ਇਸ ਤਰ੍ਹਾਂ ਹੀ ਇਹ ਵੀ ਹੈ, ਕਿਰਪਾਨ ਅਤੇ ਢਾਲ ਇਹ ਦੋਵੇਂ ਜ਼ਰੂਰੀ ਨੇ। ਉਸ ਤੋਂ ਬਾਅਦ ਸੰਗਤ ਜੀ ਆ ਜਾਓ ਦਰਸ਼ਨ ਦੀਦਾਰੇ ਕਰੋ ਬਾਘ ਨਾਖਾ ਸ਼ਸਤਰ। ਵੀ ਜਿਸ ਤਰ੍ਹਾਂ ਸ਼ੇਰ ਦੇ ਨਹੁੰ ਹੁੰਦੇ ਨੇ, ਸ਼ੇਰ ਜਿਸ ਤਰ੍ਹਾਂ ਸ਼ਿਕਾਰ ਕਰਦਾ, ਉਸ ਤਰ੍ਹਾਂ ਹੀ ਇਹ ਸ਼ਸਤਰ ਦਾ ਵਾਰ ਜਿਹੜਾ ਉਹ ਦੁਸ਼ਮਣ ਦੇ ਉੱਪਰ ਕੀਤਾ ਜਾਂਦਾ। ਇਸ ਤਰ੍ਹਾਂ ਸ਼ੇਰ ਜਦੋਂ ਆਪਣੇ ਨਹੁੰਾਂ ਦੇ ਨਾਲ ਆਪਣੇ ਦੁਸ਼ਮਣ ਨੂੰ ਚੰਗੀ ਤਰ੍ਹਾਂ ਪਕੜ ਲੈਂਦਾ, ਜਦੋਂ ਪਕੜਨ ਤੋਂ ਬਾਅਦ ਜਿਹੜਾ ਉਹਦਾ ਸ਼ਿਕਾਰੀ ਆ ਉਹਦੇ ਕੋਲੋਂ ਛੁੱਟ ਨਹੀਂ ਸਕਦਾ। ਇਸ ਤਰ੍ਹਾਂ ਹੀ ਜਿਹੜਾ ਇਹ ਬਾਘ ਨਾਖਾ ਸ਼ਸਤਰ ਆ, ਇਹਦਾ ਜੇ ਵਾਰ ਆਪਾਂ ਕਰੀਏ ਦੁਸ਼ਮਣ ਦੇ ਉੱਪਰ, ਇਹਦੇ ਦੇ ਦੁਸ਼ਮਣ ਦਾ ਇਸ ਸ਼ਸਤਰ ਦੇ ਨਾਲੋਂ ਜਿਹੜਾ ਕਹਿ ਸਕਦੇ ਆ ਮਰਨਾ ਬਚਣਾ ਮੁਸ਼ਕਿਲ ਹੈ ਬਾਘ ਨਾਖਾ ਸ਼ਸਤਰ ਦੀ। ਇਹ ਸੰਗਤ ਜੀ ਦਰਸ਼ਨ ਦੀਦਾਰੇ ਕਰੋ, ਸੈਫ ਸ਼ਸਤਰ ਕਹਿ ਦਿੰਦੇ ਹਾਂਜੀ ਇਹਨੂੰ ਸੈਫ। ਇਹ ਵਧੀਆ ਜਿਹੜਾ ਸਪਰਿੰਗ ਸਟੀਲ ਦਾ ਬਣਿਆ ਹੋਇਆ, ਇਹ ਸਪਰਿੰਗ ਸਟੀਲ ਦਾ ਬਣਿਆ ਹੋਇਆ ਸੈਫ ਸ਼ਸਤਰ ਕਹਿੰਦੇ ਹਾਂਜੀ। ਜਿਸ ਤਰ੍ਹਾਂ ਬਾਣੀ ਦੇ ਵਿੱਚ ਬਚਨ ਆਉਂਦੇ ਹਨ, ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਤੀਰ ਸੈਫ ਸਰੋਹੀ ਸਹਿਤੀ ਜਹ ਹੈ ਹਮਾਰੇ ਪੀਰ।
ਇਹ ਸ਼ਸਤਰ ਸਾਡੇ ਪੀਰ ਹਨ ਕਲਗੀਧਰ ਪਾਤਸ਼ਾਹ ਜੀ ਨੇ ਇਹ ਬਾਣੀ ਦੇ ਵਿੱਚ ਬਚਨ ਕੀਤੇ ਹਨ ਜੀ ਸੈਫ ਸ਼ਸਤਰ ਉਸ ਤੋਂ ਬਾਅਦ ਆ ਜਾਓ ਸੰਗਤ ਜੀ ਇਹਨੂੰ ਸਫਾ ਜੰਗ ਸ਼ਸਤਰ ਕਹਿੰਦੇ ਹਨ ਇਸਦਾ ਨਾਮ ਹੈ ਜੀ ਸ਼ਸਤਰ ਦਾ ਸਫਾ ਜੰਗ ਸਫਾ ਦਾ ਮਤਲਬ ਹੋ ਗਿਆ ਸਫਾ ਕਰਨਾ ਦੁਸ਼ਮਣ ਦਾ ਸਫਾ ਜੰਗ ਜੰਗ ਦੇ ਮੈਦਾਨ ਦੇ ਵਿੱਚ ਸਫਾ ਜੰਗ ਸ਼ਸਤਰ ਦਾ ਨਾਮ ਹੈ ਦੋਵੇਂ ਪਾਸੇ ਇਹ ਵਾਰ ਕਰਦਾ ਏ ਦੁਸ਼ਮਣ ਦੇ ਅੱਗੇ ਤੋਂ ਵੀ ਅਤੇ ਪਿੱਛੇ ਤੋਂ ਵੀ ਅਰੇ ਬਾਬਾ ਸੈੱਟ ਮਾੜੇ ਸੈੱਟ ਕਰਕੇ ਰੱਖਿਓ ਉਹਨੂੰ ਇਹ ਗੁਰੂ ਰੂਪੇਰੀ ਸਾਹ ਸੰਗਤ ਜੀ ਉਹ ਦਰਸ਼ਨ ਦੀਦਾਰੇ ਕਰੋ ਖੰਡਾ ਸ਼ਸਤਰ ਕਹਿ ਦਿੰਦੇ ਹਨ ਜੀ ਇਹਨੂੰ ਦੋ ਧਾਰਾ ਸ਼ਸਤਰ ਆ ਜੀ ਆਮੋ ਸਾਹਮਣੇ ਲੜਾਈ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਸਤਰ ਆ ਜਿਹਨੂੰ ਕਹਿੰਦੇ ਹਨ ਜੀ ਖੰਡਾ ਸੰਗਤ ਜੀ ਆਓ ਦਰਸ਼ਨ ਦੀਦਾਰੇ ਕਰਵਾਈਏ ਤੁਹਾਨੂੰ ਖੰਜਰ ਸ਼ਸਤਰ ਕਹਿੰਦੇ ਹਨ ਜੀ ਇਹਨੂੰ ਇਹ ਗਾਤਰੇ ਦਾ ਸ਼ਸਤਰ ਆ ਜਿਹੜਾ ਕਮਰ ਕੱਸੇ ਦੇ ਵਿੱਚ ਜਿਹੜਾ ਸ਼ਸਤਰ ਇਹ ਸਜਾਇਆ ਜਾਂਦਾ ਹੈ ਹਮੋ ਸਾਹਮਣੇ ਲੜਾਈ ਦੇ ਵਿੱਚ ਇਹ ਸ਼ਸਤਰ ਵਰਤਿਆ ਜਾਂਦਾ ਖੰਜਰ ਆਪ ਜੀ ਦਰਸ਼ਨ ਦੀਦਾਰੇ ਕਰ ਸਕਦੇ ਹੋ ਦੂਜੀ ਇਹਦੀ ਖਾਸੀਅਤ ਇਹ ਆ ਕਿ ਜਦੋਂ ਦੁਸ਼ਮਣ ਦੇ ਇਹ ਲੋਹੇ ਦੀ ਬਣੀ ਹੋਈ ਸੰਜੋਹ ਪਾਈ ਹੁੰਦੀ ਆ ਇਹ ਉਹਨੂੰ ਤੋੜਨ ਦੇ ਕੰਮ ਵੀ ਆਉਂਦਾ ਕਿਉਂਕਿ ਦੁਸ਼ਮਣ ਸਾਡੇ ਸਿਰ ਦੇ ਉੱਪਰ ਜਾਂ ਗਰਦਨ ਦੇ ਉੱਪਰ ਇੱਦਾਂ ਵਾਰ ਕਰਦਾ ਉਹਦੇ ਨਾਲ ਜਿਹੜੀ ਇਹ ਸੰਜੋਹ ਟੁੱਟਦੀ ਨਹੀਂ ਹੈਗੀ ਪਰ ਜਦੋਂ ਦੁਸ਼ਮਣ ਦੇ ਉੱਪਰ ਆਪਾਂ ਇੱਦਾਂ ਵਾਰ ਕਰਾਂਗੇ ਲੰਘਾ ਕੇ ਇਹ ਆਰ ਪਾਰ ਨਿਕਲ ਜਾਏਗਾ ਜਿਹੜਾ ਕਿ ਕੁੰਡੇ ਨੂੰ ਤੋੜ ਕੇ ਆਰ ਪਾਰ ਨਿਕਲ ਜਾਏਗਾ ਖੰਜਰ ਸ਼ਸਤਰ ਦੀ ਬਾਕੀ ਹੁਣ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ ਸੰਗਤ ਜੀ ਜਿਹੜੀ ਆ ਕਿ ਪਿਸਟਲ ਦੀ ਡਿਮਾਂਡ ਬੜੀ ਹੁੰਦੀ ਹੈ ਸਿੰਘਾਂ ਦੀ ਪਰ ਉਹਨਾਂ ਦੇ ਕੋਲ ਉਹਨਾਂ ਦੇ ਜਿਹੜਾ ਸਰਕਾਰੀ ਕਾਗਜ਼ ਕਾਰਵਾਈ ਨਹੀਂ ਹੁੰਦੀ ਦੂਸਰਾ ਪੈਸੇ ਦੀ ਜਿਹੜੀ ਘਾਟ ਹੁੰਦੀ ਸਿੰਘਾਂ ਦੇ ਕੋਲ ਕਈਆਂ ਦੇ ਕੋਲ ਉਹਦੀ ਉਹਨੂੰ ਮੁੱਖ ਰੱਖਦੇ ਹੋਏ ਜਿਹੜਾ ਕਿ ਪਿਸਟਲ ਖੰਜਰ ਕਹਿ ਦਿੰਦੇ ਆ ਜੀ ਇਹਨੂੰ ਕਿ ਜਿਹਨਾਂ ਨੇ ਆਪਣੇ ਸ਼ੌਂਕ ਪੂਰੇ ਕਰਨੇ ਪਿਸਟਲ ਰੱਖਣ ਦੇ ਆਪਣੇ ਸ਼ੌਂਕ ਪੂਰੇ ਕਰਨੇ ਉਹ ਇਹ ਖੰਜਰ ਸ਼ਸਤਰ ਜਿਹੜਾ ਰੱਖ ਕੇ ਕਰ ਸਕਦੇ ਨੇ ਕਿਉਂਕਿ ਇਹ ਪਿਸਟਲ ਦੇ ਨਾਲੋਂ ਵੱਧ ਵਾਰ ਕਰਦਾ ਏ ਇਹ ਵੀ ਦੁਸ਼ਮਣ ਦੇ ਜਿਹੜੀ ਸੰਜੋਹ ਪਾਈ ਹੁੰਦੀ ਉਹਨੂੰ ਇੱਦਾਂ ਆਰ ਪਾਰ ਆਪਾਂ ਲੰਘਾਵਾਂਗੇ ਤੋੜਨ ਦਾ ਕੰਮ ਕਰਦੀ ਹੈ ਖੰਜਰ ਸ਼ਸਤਰ ਕਹਿ ਦਿੰਦੇ ਪਿਸਟਲ ਖੰਜਰ ਦੀ ਸੰਗਤ ਜੀ ਇਹ ਵੀ ਸ਼ਸਤਰ ਦਾ ਨਾਮ ਆ ਜੀ ਖੰਜਰ ਇਹ ਵੀ ਜਦੋਂ ਦੁਸ਼ਮਣ ਸਾਡੇ ਨੇੜੇ ਆ ਜਾਵੇ ਉਦੋਂ ਇਸ ਸ਼ਸਤਰ ਦਾ ਵਾਰ ਦੁਸ਼ਮਣ ਦੇ ਉੱਪਰ ਕੀਤਾ ਜਾਂਦਾ ਹੈ ਆਪੇ ਤੀਰ ਕਮਾਨ ਫੜਾਇਓ ਇੱਕ ਇੱਕ ਤੀਰ ਕੱਢਿਓ ਖਫਰਾ ਤੀਰ ਇੱਕ ਆਹ ਕੱਢ ਦਿਓ ਉਹ ਵੀ ਕੱਢ ਦਿਓ ਜਿਹੜਾ ਪਹਿਲਾਂ ਦਿਖਾਇਆ ਸੰਗਤ ਜੀ ਦਰਸ਼ਨ ਦੀਦਾਰੇ ਕਰੋ ਤੀਰ ਅਤੇ ਕਮਾਨ ਦੇ ਇਹ ਅਣਿਆਲਾ ਤੀਰ ਆ ਜੀ ਆਪ ਜੀ ਦਰਸ਼ਨ ਦੀਦਾਰੇ ਕਰੋ ਅਣਿਆਲਾ ਤੀਰ ਕਿਹਾ ਜਾਂਦਾ ਹੈ ਇਸ ਨੂੰ ਜੀ ਜੇ ਦੁਸ਼ਮਣ ਦੇ ਉੱਪਰ ਇਸ ਤੀਰ ਦਾ ਵਾਰ ਕਰੀਏ ਜਿਸ ਤਰ੍ਹਾਂ ਜੇ ਦੁਸ਼ਮਣ ਦੇ ਇੱਦਾਂ ਅੰਦਰ ਚਲਾ ਗਿਆ ਜੇ ਇਹਨੂੰ ਬਾਹਰ ਕੱਢਾਂਗੇ ਦੋ ਵਾਰੀ ਵਾਰ ਕਰਦਾ ਇਹਨੂੰ ਕਹਿੰਦੇ ਹਾਂ ਜੀ ਅਣਿਆਲਾ ਤੀਰ ਉਸ ਤੋਂ ਬਾਅਦ ਆ ਜਾਓ ਜੀ ਇਹਨੂੰ ਕਹਿੰਦੇ ਹਾਂ ਜੀ ਖਫਰਾ ਤੀਰ ਇਹ ਦੋਵਾਂ ਦੀ ਸ਼ੇਪ ਅਲੱਗ ਅਲੱਗ ਹੈ ਆਪ ਜੀ ਦਰਸ਼ਨ ਦੀਦਾਰੇ ਕਰ ਸਕਦੇ ਹੋ ਅਣਿਆਲਾ ਤੀਰ ਅਤੇ ਖਫਰਾ ਤੀਰ ਮੈਂ ਸਭ ਤੋਂ ਪਹਿਲੀ ਗੱਲ ਆਪ ਜੀ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਤੀਰ ਕਮਾਨ ਸੀ ਉਹ 9 ਟੰਕੀ ਸੀ ਜੀ ਇੱਕ ਟੰਕ 25 ਕਿਲੋ ਦਾ ਹੁੰਦਾ 9 ਟੰਕੀ ਕਮਾਨ ਨੂੰ ਉਹ ਮਨੁੱਖ ਖਿੱਚ ਸਕਦਾ ਹੈ ਜੋ ਇੱਕ ਹੱਥ ਦੇ ਨਾਲ
496 pounds ਭਾਵ 2 ਕੁਇੰਟਲ 25 ਕਿਲੋ ਵਜ਼ਨ ਆਸਾਨੀ ਦੇ ਨਾਲ ਇੱਕ ਹੱਥ ਦੇ ਨਾਲ ਇਦਾਂ ਚੁੱਕ ਸਕਦਾ ਹੋਵੇ। ਕਹਿਣ ਦਾ ਭਾਵ ਸੰਗਤੀ, ਜਿਸ ਤਰ੍ਹਾਂ 2 ਕੁਇੰਟਲ 25 ਕਿਲੋ ਵਜ਼ਨ ਚੁੱਕਣ ਨੂੰ ਜ਼ੋਰ ਲੱਗਦਾ ਹੈ, ਉਨਾ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਕਮਾਨ ਸੀ ਉਹਨੂੰ ਇੱਦਾਂ ਖਿੱਚਣ ਨੂੰ ਜ਼ੋਰ ਲੱਗਦਾ ਸੀ। ਤੇ ਜਦੋਂ ਕਮਾਨ ਦੇ ਵਿੱਚੋਂ ਤੀਰ ਨਿਕਲਦਾ ਸੀ, ਕਈ ਕਈ ਦੁਸ਼ਮਣਾਂ ਦੇ ਸੀਨੇ ਪਾੜ ਕੇ ਨਿਕਲਦਾ ਸੀ। ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਸੰਗਤ ਜੀ, ਇਸ ਤੋਂ ਬਾਅਦ ਆ ਜਾਓ, ਇਹਨੂੰ ਤੰਦੀ ਜਾਂ ਚਿੱਲਾ ਕਿਹਾ ਜਾਂਦਾ ਹੈ, ਇਹਨੂੰ ਧਨੁਸ਼ ਕਹਿ ਦਿੰਦੇ ਆ, ਕਮਾਨ ਵੀ ਕਹਿ ਦਿੰਦੇ ਆ। ਅਤੇ ਸੰਗਤ ਜੀ, ਦੁਸ਼ਮਣ ਨੂੰ ਆਪਣੇ ਨੇੜੇ ਆਉਣ ਤੋਂ ਰੋਕਣ ਦੇ ਲਈ ਤੀਰ ਕਮਾਨ ਦੀ ਵਰਤੋਂ ਕੀਤੀ ਜਾਂਦੀ ਸੀ। ਦੂਸਰਾ, ਚਿੱਠੀਆਂ ਭੇਜਣ ਦੇ ਕੰਮ ਵੀ ਆਉਂਦੇ ਸੀ ਤੀਰ ਕਮਾਨ। ਜਾਂ ਤਾਂ ਗੁਰੂ ਦੇ ਸਿੰਘ ਜਿਹੜੇ ਪੈਦਲ ਚਿੱਠੀਆਂ ਲੈ ਕੇ ਜਾਂਦੇ ਸੀ, ਜਾਂ ਘੋੜਿਆਂ ਦੇ ਉੱਪਰ ਲੈ ਕੇ ਜਾਂਦੇ ਸੀ ਚਿੱਠੀਆਂ, ਜਾਂ ਤੀਰਾਂ ਦੇ ਮੂਹਰੇ ਜਿਹੜੀ ਚਿੱਠੀ ਭੱਜ ਕੇ ਬੰਨ ਤੀਰਾਂ ਦੇ ਮੂਹਰੇ ਜਿਹੜੀ ਚਿੱਠੀ ਬੰਨ੍ਹ ਕੇ ਆਪਣੇ ਸਾਕ ਸੰਬੰਧੀਆਂ ਤੱਕ ਜਾਂ ਆਪਣੇ ਦੁਸ਼ਮਣਾਂ ਤੱਕ ਇਹ ਪਹੁੰਚਾਈ ਜਾਂਦੀ ਸੀ। ਇਸ ਤਰ੍ਹਾਂ ਵੀ ਤੀਰ ਕਮਾਨ ਦੀ ਵਰਤੋਂ ਹੁੰਦੀ ਸੀ। ਅਤੇ ਕਲਗੀਧਰ ਪਾਤਸ਼ਾਹ ਜੇ ਤੀਰਾਂ ਨੂੰ 1.25 ਤੋਲਾ ਸੋਨਾ ਲੱਗਿਆ ਹੁੰਦਾ ਸੀ, ਕਾਰਨ ਇਹੀ ਸੀ ਕਿ ਕਲਗੀਧਰ ਪਾਤਸ਼ਾਹ ਜੀ ਦੀ ਕਿਸੇ ਜਾਤ ਪਾਤ ਦੇ ਨਾਲ ਕਿਸੇ ਧਰਮ ਦੇ ਖਿਲਾਫ ਗੁਰੂ ਸਾਹਿਬ ਜੀ ਕਦੇ ਨਹੀਂ ਲੜੇ। ਜੇ ਲੜੇ ਨੇ ਸਿਰਫ ਜ਼ੁਲਮ ਦੇ ਖਿਲਾਫ, ਉਹਨਾਂ ਨੇ ਦੁਸ਼ਮਣਾਂ ਦਾ ਵੀ ਭਲਾ ਕੀਤਾ ਕਿ ਜੇ ਦੁਸ਼ਮਣ ਬਚ ਗਿਆ ਉਹ ਸੋਨਾ ਵੇਚ ਕੇ ਆਪਣਾ ਇਲਾਜ ਕਰਵਾ ਲਏਗਾ, ਜੇ ਨਾ ਦੁਸ਼ਮਣ ਬਚਿਆ ਉਹਦੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹ ਸੋਨਾ ਵੇਚ ਕੇ ਉਹਦੀ ਅੰਤਲੀ ਕਿਰਿਆ ਕਰ ਦੇਣਗੇ ਜਾਂ ਆਪਣਾ ਗੁਜ਼ਾਰਾ ਕਰ ਲੈਣਗੇ। ਇਹ ਸੰਗਤ ਜੀ ਤੀਰ ਅਤੇ ਕਮਾਨ ਦੇ ਕੁਝ ਕੁ ਗੁਣ ਆਪ ਜੀ ਦੇ ਸਨਮੁੱਖ ਰੱਖੇ ਸਨ। ਹੋਰ ਠੀਕ ਹੈ ਵੀਰੇ। ਬਾਬਾ ਜੀ, ਤੁਹਾਡਾ ਨੰਬਰ ਵਗੈਰਾ ਮਿਲ ਸਕਦਾ ਜੀ?